हाँ जी, सत श्रीकाल जी सारे नूं। वधिया फार्म यूट्यूब चैनल ते तुहाडा स्वागत है जी। किसान वीरो, अज दी जिहड़ी आपां वीडियो बना रहे हां, शहर जनाला, तहसील भी जनाला ते जिला अमृतसर, सोनू वीर कोल अज आपां पहुंच चुके हां। ते अज दी वीडियो दे विच तुहानूं दो गावां ते इक मझ तुहानूं विखाउणी आ हौले भाच। आ हुण गल्लबात वीर नाल करदे हां ते पुछदे सारी डिटेल। हाँ जी वीर जी, सत श्रीकाल जी। वधिया वधिया, तुसीं दसो। बहुत वधिया भाई, चलो वधिया चाहीदा। अज फिर दो गावां दे इक मज। दो गावां लैंदी आं, मैं उधर वेखी हां गावां ही। अच्छा, मज वेखी, मज दे बड़े फोन आए उधर। अच्छा, ਤਾਂ ਮੈਂ ਵੇਖੀ ਪਹਿਲਾਂ ਹੀ ਫੋਨ ਆਇਆ ਬੰਦੇ ਨੇ ਲੈ ਲਈ ਮੈਂ। ਠੀਕ ਹੈ, ਫਿਰ ਤਾਂ ਇਹ ਮੱਝ ਲੈਂਦੀ ਆ। ਮੱਝ ਲੈਂਦੀ ਹੁਣ ਬੱਜਾ, ਇੱਕ ਅੱਧੀ ਲੈ ਨਾਲ ਲਿਆ ਗਈ। ਇੱਕ ਅੱਧੀ ਮੱਝ ਤੇ ਇੱਕ ਅੱਧੀ ਗਾਂ ਹਨ। ਬਸ ਛੋਟਾ ਸਿਆਲ ਹੈ ਤਾਂ ਮੈਂ ਜਗ੍ਹਾ ਥੋੜੀ ਆ। ਹਾਂਜੀ ਹਾਂਜੀ, ਬੱਚੇ ਪੁੱਛੇ ਤੁਹਾਨੂੰ ਮੈਂ ਸਾਹਮਣੇ ਪੈਂਦੇ ਫਿਰ ਸਿਆ ਤਾਂ ਆਈ ਮੈਂ ਥੋੜੀਆਂ ਲਈ ਦੀਆਂ ਇੱਕ ਦੋ ਹੀ। ਠੀਕ ਹੈ, ਨਾਮ ਦੱਸਦੇ ਕਰੀ ਆਪਣਾ। ਨਾਮ ਸੋਨੂੰ ਸਰੀਰ ਨਾਲ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ, 9169065751। ਠੀਕ ਹੈ, ਆਓ ਫਿਰ ਸਭ ਤੋਂ ਪਹਿਲਾਂ ਮੱਝ ਬਾਰੇ ਦੱਸੀਏ ਆਪਾਂ। ਇਹੋ ਵਿਧੀ ਦੁੱਧ ਹੈ 9 ਕਿਲੋ। ਅੱਛਾ ਜੀ, 5 ਲੀਟਰ ਆਊਗਾ, 8 ਕਿਲੋ। 8 ਲੀਟਰ, ਹਾਂ 8 ਕਿਲੋ ਪੱਕਾ। ਪੱਕਾ ਦੋ ਟਾਈਮ ਚਵਾ ਕੇ। ਕੋਈ ਚਾਰ ਨਹੀਂ ਚੁੱਦਰ, ਕੋਈ ਖਾਣ ਕੋਈ ਘਾਟ ਵੱਧ ਹੋਵੇ, ਭੂਰ ਛੱਟਾ ਮਾਰੇ ਦੀ ਆਪਣੀ ਫੁੱਲ ਗਰੰਟੀ ਆ। ਅੱਛਾ ਜੀ, ਕੋਈ ਘਾਟ ਵੱਧ ਹੋਵੇ ਥਾਂ ਦੀ ਭੂਰ ਛੱਟਾ ਮਾਰੇ ਕੋਈ। ਠੀਕ ਹੈ, ਚਾਹੇ ਮਗਰ ਆ 5-6 ਦਿਨ ਹੋ ਗਏ ਸੂਈ ਮਾਰੀ। ਆ ਬੱਚਾ ਮਗਰ। ਹਾਂਜੀ ਠੀਕ, ਬੱਚਾ ਕੀ ਆ ਗਿਆ ਮਗਰ? ਕੱਟਾ ਜੀ, ਮਗਰ ਕੱਟਾ ਆ ਗਿਆ। ਦੁੱਧ ਕਿੰਨਾ ਕੁ ਚਵਾ ਜੂਗੇ? ਦੁੱਧ ਵੀ 10 ਕਿਲੋ ਪਾਈ ਕਰੂਗਾ ਜੀ ਆਪਾਂ। ਮੰਨ ਲਓ ਖੜ ਕੇ ਬੰਨਾਂਗੇ, ਭਾਵੇਂ 8 ਦੋ ਭਾਵੇਂ 6 ਕਿਲੋ ਚੋਲੇਗਾ ਜੀ। ਅੱਛਾ, ਤੇ ਭਾਵੇਂ ਸ਼ਾਮ ਨੂੰ 10 ਦੇ ਲੈ ਜੇ ਕੋਈ। ਅੱਛਾ, ਇਹ ਆਪਣੀ ਸੇਵਾ ਹੀ ਆ ਹੁਣ। ਠੀਕ ਹੈ, ਹੁਣ ਮੌਕੇ ਤੇ 10 8 ਲੀਟਰ ਹੈਗਾ ਪੱਕਾ। ਮੌਕੇ 8 ਕਿਲੋ ਦੋ ਟਾਈਮ ਚਵਾ ਕੇ ਦੋ, 4 ਟੰਗ ਭਾਵੇਂ ਚੋਲੇ, ਭਾਵੇਂ ਕੋਈ ਆਪਣਾ ਲੀਟਰ ਲਾਣ ਲੈ। ਜਿੱਦਾਂ ਮਰਜ਼ੀ ਮਿਲੇ, ਉਹ ਕੰਡੇ ਦੇ ਚਾਹ ਚੜ ਮਿਲੇ ਭਾਵੇਂ। ਠੀਕ ਹੈ, ਲੈ ਫਿਰ ਖੋਲੋ ਤੋੜੀ। ਇਹ ਨਵਾਈ ਨੂੰ ਹੋਈ ਆ, ਮੰਨ ਲਓ ਬਾਅਦ ਵਾਰ ਕੇ ਫਰਕ ਪੈ ਜਾਂਦਾ ਵਾ ਤੇ ਹੁਣ ਇਹਦਾ ਤੁਹਾਨੂੰ ਪਤਾ ਮੁੱਲ ਇਹਦਾ ਦੱਸ ਦਈਏ ਆਪਾਂ। ਮੁੱਲੇ ਦਾ ਮੰਗਣਾ ਤਾਂ ਭਾਵੇਂ 55 ਮੰਗੇ ਤੇ ਮੰਗੀ ਕਰੀਏ ਵੀ ਦੇਣਾ 47000 ਦੀ। 47000 ਦੀ ਮਾਨਤਾ ਨਾ ਜੋ ਚਮੀ ਕਰ ਦਾਂਗੇ 2-400 ਰੁਪਿਆ। ਅੱਛਾ, ਜ਼ਿਆਦਾ ਨਹੀਂ, ਮੈਂ 2-400 ਕਰਦਾ। ਸੁਆ ਕਿੰਨਾ ਵਜੇ ਦਾ? ਦੂਜਾ ਸੁਬਾ ਝੋੜੀ ਜੀ। ਲਿਆ ਫਿਰ ਖੋਲੋ ਤੋੜੋ ਇੱਕ ਰੀ ਨੂੰ। ਹਾਂਜੀ, ਆ ਦੇਖ ਸਕਦੇ ਜੀ ਸੋਹਣੀ ਝੋਟੀ ਆ, ਰਾਜੀ ਆ ਜਿਹੜੀ। ਅੱਛਾ, ਇਹਦਾ ਵੀ ਤਾਂ ਦੇਖ ਸਕਦੇ ਜੀ ਝਾਂਜਰਾਂ ਜਿਹੜੀਆਂ ਵੀਰ ਜੀ ਉਹਨਾਂ ਨੇ ਪਾਈਆਂ, ਥੋੜੀ ਜਗ੍ਹਾ ਵੀ ਜਿਹਨਾਂ ਦੀ ਘੱਟ ਆ ਤੌਰ ਨਾਲੀ। ਆ ਪਿੱਠ ਫੋੜੇ ਤਾਂ ਵੀ ਆਪਾਂ ਦੇਖ ਸਕਦੇ ਚੰਗੀ ਆ, ਤੇ ਹਵਾਨਾ ਵੀ ਥੱਲਿਆਂ ਦੇਖ ਸਕਦੇ, ਹਾਈਟ ਵੀ ਚੰਗੀ ਆ ਇਹਦੀ, ਬਾਕੀ ਬੋਡੀ ਵੇਟ ਵੀ ਇਹਦਾ ਚੰਗਾ। ਤੇ 47000 ਦੀ ਵੀਰ ਜੀ ਨੇ ਕਹਿੰਦੇ ਕਿ ਆਪਾਂ ਦੇਵਾਂਗੇ। ਦੂਸਰੇ ਨੰਬਰ ਤੇ ਇੱਕ ਹੋਰ ਗਾਂ ਕਾਫੀ ਖੂਬਸੂਰਤ, ਇੱਕ ਤੁਹਾਨੂੰ ਦਿਖਾਉਣੀ ਆ, ਕੱਦ ਜਿਹੜਾ ਇਹਦਾ ਵੀ ਚੰਗਾ। ਹਾਂਜੀ ਵੀਰ ਜੀ, ਦੱਸੀਏ ਜੀ ਇਹਦੇ ਬਾਰੇ ਵੀ। ਦੇਖੋ ਭਾਈ, ਦੁੱਧ ਹੁਣ ਹਾਜ਼ਰ ਨਾਜ਼ਰ, ਮਤਲਬ ਪੱਕਾ ਲੀਟਰ ਦਾ 12 ਕਿਲੋ ਹੋਊਗਾ। 12 ਲੀਟਰ ਪੱਕਾ ਹੈਗਾ ਦੁੱਧ? ਕੰਡੇ ਵਾਲਾ ਦੁੱਧ 13 ਹੀ ਹੋਊਗਾ, ਅਸੀਂ 12 ਕਵਾਂਗੇ। ਅੱਛਾ, ਵੱਛੀ ਮਗਰ ਦੇ ਆ, ਮਗਰ ਇਹਦੇ ਵੱਛੀ, ਕਿਹੜੀ ਵੱਛੀ? 10 ਦਿਨ ਹੋ ਗਏ ਜੀ। ਆ ਵੱਛੀ ਜੀ ਇਹਦੀ, ਹਾਂ 10 ਦਿਨ ਤੋਂ ਹੀ ਕਹਿੰਦੇ ਜੀ ਸੂਈ ਨੂੰ ਹੋ ਗਏ ਆ। ਵਧੂ ਕੀ ਹੋਰ ਦੁੱਧ? ਦੁੱਧ ਭਾਜੀ ਘਰ ਵਾਲੇ ਜਾਂਦੇ, ਪਹਿਲੇ ਸੂਏ ਆਪਾਂ ਚੁੰਦੇ ਨੇ 18-19 ਕਿਲੋ। ਅੱਛਾ, ਹੁਣ ਵੀ 18-19 ਕਿਲੋ, ਕੋਈ ਕਰੋ ਵੱਧ ਨਹੀਂ ਕਰੂਗੇ। ਅੱਛਾ, ਇਹਨਾਂ ਦੁੱਧ ਕਰੂ, ਇਹਨਾਂ ਕਰ ਜੋ ਦੁੱਧ ਦੇ ਭਾਈ, ਕਰੂ 16-17 ਕਿਲੋ, ਮਤਲਬ ਵਧੀਆ ਕਰੂਗੀ ਨਾ ਦੁੱਧ। ਅੱਛਾ, ਹੁਣ ਹਾਜ਼ਰ 13 ਕਿਲੋ ਦੁੱਧ ਮਿਲ ਹੈਗਾ, ਅਸੀਂ 12 ਕਿਲੋ ਕਵਾਂਗੇ। ਠੀਕ ਹੈ, ਹਾਂਜੀ, ਬਾਕੀ ਕੋਈ ਸੰਭ ਵੀ ਘੱਟ ਹੈ ਕਿ ਨਾ? ਚੋਣ ਭਾਜੀ ਗਲਤ ਹੋਵੇ, ਸਮਾਂ ਇੱਕ ਵਾਰ ਦੀ ਆ, ਪੂਰਾ ਸਟਾ ਵਧੀਆ। ਓਕੇ ਠੀਕ ਹੈ, ਮੰਗੇ ਤੋਂ ਬਿਨਾ ਹੀ, ਬਾਕੀ ਕੋਈ ਸੰਭ ਵਾਲਾ ਵੀਰ ਖੜੂਗਾ ਤੇ ਦੁੱਧ ਚਵਾ ਜਾ। ਲਿਆ ਫਿਰ ਖੋਲੋ ਤੋਰੀਏ ਨਾ, ਚਿਹਰਾ ਕਾਫੀ ਖੂਬਸੂਰਤ ਹੈ ਇਹਦਾ। ਸੂਆ ਕਿੰਨਾ ਵੀਰ ਜੀ ਇਹਦਾ? ਦੂਜਾ ਭਾਜੀ, ਦੂਸਰਾ ਸੂਆ ਜੀ। ਬਾਕੀ ਕੱਦ ਦੀ ਕਾਫੀ ਅੱਛੀ ਆ ਤੇ ਹਵਾਨਾ ਤੇ ਥੱਲੇ ਦੇਖ ਸਕਦੇ ਜੀ। 12 ਕੁ ਲੀਟਰ ਦੁੱਧ ਜਿਹੜਾ ਵੀਰ ਜੀ ਨਹੀਂ ਪੱਕਾ ਦੱਸ ਦੇ, ਇਹਦੇ ਕੋਲ ਤਿਆਰ ਲੀਟਰ ਮਾਰ ਕੇ ਭਾਈ 12 ਕਿਲੋ, ਇਹ ਨਹੀਂ ਆਮ ਹੀ ਲੀਟਰ ਵਾਲਾ। ਅੱਛਾ ਜੀ, ਦੇਖੋ ਤਾਂ ਚੱਕ ਜੋ ਕਲਾ ਚੱਕ ਵਾਲੀ ਲੀਟਰ ਵਾਲਾ 12 ਕਿਲੋ। ਅਗਲੇ ਥਣ ਵੀ ਤੁਹਾਨੂੰ ਇੱਕ ਰੀ ਲੱਗ ਕੇ ਦਿਖਾ ਦਈਏ ਲੀਟਰ ਮਾਰ ਕੇ ਜਿਹੜਾ ਪੂਰਾ 12 ਲੀਟਰ ਠੀਕ ਹੈ ਜਿੱਦਾਂ ਮਰਜ਼ੀ ਬਹੁ, ਇਹ ਨਹੀਂ ਕੋ ਲੱਤ ਮਾਰਨ ਵਾਲੀ ਉਹ। ਅੱਛਾ ਜੀ, ਸੀਲ ਹੈ ਠੰਡੀ ਜਿੱਦਾਂ ਮਰਜ਼ੀ ਕੋ ਚੋ ਆਦੇ ਸਾਦੇ, ਜਿੱਤਨਾ ਮਰਜ਼ੀ ਥੱਲੇ ਬਹਿ ਜਾ। ਤੇ ਇਹਦਾ ਵੀ ਮੁੱਲ ਆਪਾਂ ਦੱਸ ਦਈਏ, ਇਹਦਾ ਮੁੱਲ ਭਾਈ ਮੈਂ ਕਰੀਏ 35 ਕਰੀਏ 36 ਕਰੀਏ 31000 ਦੇ ਦਾਂਗੇ। 31000 ਦੇ ਦੇ ਦੋਗੇ? ਉਹ ਚੋਂ ਮੰਨਤਾ ਨਾ ਜੂਗਾ, ਕਰ ਦਾਂਗੇ 100-200 ਭਾਈ। ਅੱਛਾ, 100-200 ਚੋਂ ਹੋ ਜੂਗਾ, ਬੰਦਾ ਮਾਣਾ ਮਾਨ ਕਰ ਦਾਂਗੇ। ਅੱਛਾ ਅੱਛਾ, ਬੰਦਾ ਕ ਬੰਦਾ ਵੇਖ ਕੇ ਕਰ ਦਾਂਗੇ ਮੰਨਤਾ ਨਹੀਂ। ਠੀਕ ਆ ਠੀਕ ਆ, ਹਾਂਜੀ ਮੰਨਤਾ ਨੇ ਵੀ ਦੀ ਕਹਿੰਦੇ ਕਿ ਮੌਕੇ ਤੇ ਕਰ ਦਾਂਗੇ। ਹਾਂਜੀ, ਬਾਕੀ ਚਿਹਰੇ ਦੀ ਕਾਫੀ ਖੂਬਸੂਰਤ ਆ ਤੇ ਉਂਝ ਵੀ ਜਿਹੜੀ ਠੰਡੀ ਧੀਰੀ ਆ, ਪਾਣੀ ਇੱਕ ਵਾਰੀ ਪੀ ਲੈਂਦੀ ਆ ਫਿਰ ਤੁਹਾਨੂੰ ਤੋੜ ਕੇ ਦਿਖਾਉਨੇ ਆ। ਆ ਦੇਖ ਸਕਦੇ ਹਵਾਨਾ ਇਹਦੇ ਕੋਲ, ਬਾਕੀ ਪ੍ਰਿੰਟ ਜਿਹੜਾ ਚੰਗਾ ਇਹਦਾ। ਤੇ 31000 ਦੇ ਵੀਰ ਜੀ ਨੇ ਕਹਿੰਦੇ ਕਿ ਆਪਾਂ ਦੇ ਦੇਵਾਂਗੇ, ਉਹ ਚਵੇਂ ਮਾਨ ਤਨ ਮੌਕੇ ਤੇ ਹੋ ਜਾਊਗਾ। ਹੁਣ ਤੁਹਾਨੂੰ ਐਂਡ ਤੇ ਇੱਕ ਹੋਰ ਤੁਹਾਨੂੰ ਜਰਸੀ ਤੁਹਾਨੂੰ ਦਿਖਾਉਣੀ ਆ, ਥੋੜੀ ਜਗ੍ਹਾ ਘੱਟ ਆ ਤੇ ਜਾਨਵਰ ਅੱਜ ਜਿਹੜੇ ਵੱਡੇ ਆ ਤੇ ਉਹ ਪੂਰੇ ਨਹੀਂ ਜਿਹੜੇ ਆਉਂਦੇ ਇੱਥੇ। ਹਾਂਜੀ ਵੀਰ ਜੀ, ਦੱਸੀਏ ਜੀ ਜਿਹੜੀ ਤੀਸਰੀ ਜਰਸੀ ਗਾਂ ਜੀ, ਇਹਦੇ ਵੱਛੀ ਹੋ ਜੇ। ਅੱਛਾ, ਉਹ ਵੱਛੀ ਆ ਇਹਦੀ। ਠੀਕ ਹੈ,
ਵੱਛੀ ਦਾ ਜਿਹੜਾ ਕਾਫੀ ਕਰਦੀ ਆ ਦੁੱਧ ਜਿਹੜਾ ਵੀਰ ਜੀ ਨੇ 7 ਲੀਟਰ ਜਿਹੜਾ ਇਹਦੇ ਕੋਲ ਦੱਸ ਦੇ ਠੀਕ ਹੈ ਵੀਰ ਜੀ ਲੈ ਆਓ ਜੀ ਬਾਕੀ ਜਰਸੀ ਆ ਫੈਟ ਵੀ ਜਿਹੜੀ ਇਹਦੀ ਚੰਗੀ ਆਊਗੀ ਦੁੱਧ ਬੜਾ ਸੋਹਣਾ ਥਾਣੇ ਦੇ ਤਾਂ ਇੱਕ ਵਾਰੀ ਲੱਗ ਤਾਂ ਦਿਖਾ ਦਈਏ हां जी वीर जी फिर दसिए दा भी मुल्ल ये भी भाई 300 बड़ी पे जितना मर्जी बेच ले अच्छा जी ये नु लत मार वाली किना ठंडी जी जी ठीक है ते वदो कि दुध और दुध भाई ने 8 9 किलो करना वा अच्छा जी मैं तन्नू कह दिए 10 11 12 किलो अच्छा ते भावे 7 तो 5 किलो चोले पट्टी ना बउदे ठीक है आओ ठीक है ते मुल्ल फिर दसिए अपने दा मुल्ल दा छोड़या करना 15 जी दा करनी 15 हजार दे दे रंग 15 किन्ना कमानतन कर दोगे कर दंगे 500 मानदा हो अच्छा हां जी ठीक है वीर जी और कुछ कहना फिर बस बहुत मेहरबानी कर मार दो बड़ी बैड बूट सारे बस हां देख सकदे जी पशु जेड़े तीन वीर जी उन्होंने वकाओ ਕਿਤੇ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਮੂੰਹ ਮਾਦੇ ਮਾਰ ਦੋ ਮੁਰਗਾ ਵੀਰ ਹੋ ਜਾਂਦੇ ਸਿੰਘ ਸੁੰਗਾ ਪਾਸ ਕਰਕੇ ਤੇ ਫਿਰ ਆਪਣੀ ਜਿਹੜੀ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।